हाँ जी, सत श्री अकाल जी सारयां नूं। सो अज सब तो पहला तो जिहड़ा मौसम है, मौसम बहुत वधिया हो चुक्या है। सो अज जिहड़ी डेट है ओह हो गई है जी 20/7/2021। अज गल करांगे जिहड़ा झोना, जिहड़े अज 20 दिन हो गए लगे नूं। सो इहनूं अज M45 वो पा रहे हैं। M45 कोई सज्जन जिहड़े अद्धा किलो पाउंदे आ, आपां किलो किलो पा रहे हैं, तजर्बा है। सो झोना जिहड़ा इहदे नाल आपां पूरा फुटारे ते आ जाऊगा, क्योंकि जड़ां दी सफाई करनी है, इहने नाल ताकत भी देनी है। सो नाल जमीन दे हिसाब नाल जिहड़ी ठंडी जमीन है उत्थे आपां जिहड़ी खाद है ओह 20 तों 25 किलो पा सकदे हां। जिथे थोड़ी जमीन डंग वाली है, पानी घट पीती है, उत्थे थोड़ा जिहा जिहड़ा 15 किलो खाद पाउणी है, तां जो जिहड़ा ये फायदा सही इहदा लिया जा सके। नाल दी नाल ये फैलना शुरू हो गया। ਹੁਣ ਗੱਲ ਆਉਂਦੀ ਹੈ ਇੱਥੇ ਵੀ ਫੰਗੀਸਾਈਡ ਤਾਂ ਬਹੁਤ ਹੈ, ਜਿਵੇਂ 12/63 ਵੀ ਆਉਂਦਾ ਕਾਰਬੈਂਡਾਜ਼ਾਈਮ, ਪਰ ਇਹਦਾ ਇਹ M45 ਦਾ ਫਾਇਦਾ ਹੈ ਵੀ ਇਹਦੇ 'ਚ ਹੈ ਤਾਂ ਇਹ ਵੀ ਫੰਗੀਸਾਈਡ, ਪਰ 1-2 ਸਾਲਟ ਜਿਹੜੇ ਆ ਉਹਨਾਂ ਨੇ ਇਹਦੇ 'ਚ ਵੱਧ ਪਾਇਆ ਕੰਪਨੀ ਨੇ। ਕਹਿਣ ਦਾ ਭਾਵ ਵੀ ਇਹ ਜ਼ਿਆਦਾ ਫਾਇਦਾ ਕਰਦਾ, ਥੋੜ੍ਹਾ ਜਿਹਾ ਸਸਤਾ ਵੀ ਪੈਂਦਾ ਉਹਦੇ ਨਾਲੋਂ, ਔਰ ਜਿਹੜੀ ਡੋਜ਼ ਹੈ ਉਹ ਕਿਲੋ ਤੋਂ ਘੱਟ ਨਹੀਂ ਪਾਉਣੀ ਚਾਹੀਦੀ। ਕਿਲੋ ਡੋਜ਼ ਦਾ ਜਿਹੜਾ ਰਿਜ਼ਲਟ ਹੈ ਬਹੁਤ ਸੁਪਰ ਮਿਲਿਆ। ਸੋ ਮੌਸਮ ਵੀ ਅੱਜ ਬਹੁਤ ਵਧੀਆ, ਤੁਸੀਂ ਦੇਖ ਸਕਦੇ ਸਾਰੇ ਜਿਹੜੇ ਬੱਦਲ ਛਾਏ ਹੋਏ ਆ ਪੂਰੇ ਅਸਮਾਨ ਤੇ, ਬਾਰਿਸ਼ ਦਾ ਮਾਹੌਲ ਬਣ ਗਿਆ, ਠੰਡਾ ਟਾਈਮ ਹੈ। ਸੋ ਸੋਚਿਆ ਵੀ ਚਲੋ ਖਾਦ ਦੇ ਨਾਲ ਖਾਦ ਪਾਉਣੀ ਹੈ, ਨਾਲ 1 ਕਿਲੋ ਜਿਹੜਾ ਇਹ ਪਾਤਾ, ਕਿਉਂਕਿ ਪਹਿਲਾਂ ਮੈਂ ਪਨੀਰੀ ਨੂੰ ਪਾਇਆ ਸੀਗਾ ਇਹ M45 ਜਿਹੜਾ, ਮੇਰੇ ਖਿਆਲ FMD ਕੰਪਨੀ ਦਾ ਇਹ। ਸੋ ਚੰਗੀ ਕੰਪਨੀ ਦੇ ਕੋਈ ਪ੍ਰੋਡਕਟ ਪਾਉਣਾ ਹੋਵੇ, ਚੰਗੀ ਕੰਪਨੀ ਦੇ ਸਰਟੀਫਾਈਡ ਵਾਲੀ ਕੰਪਨੀ ਆ ਉਹਨਾਂ ਦੇ ਪਾਉਣੇ ਚਾਹੀਦੇ ਆ। ਸੋ ਪਨੀਰੀ ਦੇ ਵਿੱਚ ਬਾ ਕਮਾਲ ਰਿਜ਼ਲਟ ਮਿਲਿਆ ਮੈਨੂੰ। ਮੇਰੇ ਕੋਲ ਸੀਗੀ ਪਨੀਰੀ ਤਕਰੀਬਨ 1.5 ਕਨਾਲ, 30-32 ਮਰਲੇ ਸੀਗੀ ਪਨੀਰੀ, ਉਹਦੇ ਵਿੱਚ ਆਪਾਂ ਨੇ 32 ਮਰਲਿਆਂ ਦੇ ਵਿੱਚ 1/2 ਕਿਲੋ ਜਿਹੜਾ ਮੈਂ ਥੋੜ੍ਹੇ ਜਿਹੀ ਖਾਦ ਵਿੱਚ ਮਿਲਾ ਕੇ ਪਾਤਾ ਸੀਗਾ। ਡੋਜ਼ ਜ਼ਿਆਦਾ ਪੈ ਗਈ ਸੀ, ਪਰ ਮੈਨੂੰ ਐਂ ਸੀ ਵੀ ਕੁਛ ਉੱਦਾਂ ਦਾ ਨਾ ਕੁਛ ਗਲਤ ਨਾ ਹੋ ਜੇ, ਪਰ ਰਿਜ਼ਲਟ ਜਿਹੜਾ ਉਹ ਬਹੁਤ ਜ਼ਿਆਦਾ ਸੁਪਰ ਮਿਲਿਆ। ਸੋ ਇਹ ਮੇਰੇ ਵੀਰ ਬਲਕਾਰ ਜੀ ਨੇ ਇਹ ਪਾ ਰਹੇ ਨੇ ਦਵਾਈ, ਸੁਬਾਹ ਤੋਂ ਲੱਗੇ ਹੋਏ ਨੇ। ਨਾਲ ਦੇ ਪਿੰਡ ਤੋਂ ਮੁੰਡਾ ਬਹੁਤ ਵਧੀਆ ਇਕਸਾਰ ਸੜਦਾ, ਕਿਤੇ ਛਾਂਡ ਵਗੈਰਾ ਨਹੀਂ ਬਣਨ ਦਿੰਦਾ। ਸੋ ਗੱਲ ਕਰ ਰਹੇ ਸੀ ਵੀ ਉਹ ਡੋਜ਼ ਮੈਨੂੰ ਐਂ ਸੀ ਵੀ ਜਿਵੇਂ ਜ਼ਿਆਦਾ ਪੈ ਗਈ, ਪਰ ਪਨੀਰੀ ਦਾ ਜਿਹੜਾ ਫੁਟਾਰਾ ਸੀ ਉਹ ਇੰਨਾ ਜ਼ਬਰਦਸਤ ਸੀ ਕਿ ਹਰੇਕ ਤਰ੍ਹਾਂ ਤੰਦਰੁਸਤ ਹੋ ਗਈ, ਜੜ੍ਹਾਂ ਵੀ ਸਾਫ਼ ਬਿਲਕੁਲ, ਜਿਹੜਾ ਵਿੱਚ ਪਾਣੀ ਖੜਿਆ ਸੀ ਉਹ ਫੰਗਸ ਵਗੈਰਾ ਸਾਰੀ ਦੂਰ ਹੋ ਗਈ, ਔਰ ਉਹਦੇ ਨਾਲ ਵੀ ਕਾਫੀ ਜਿਹੜਾ ਉਹ ਫਾਇਦਾ, ਕਿਉਂਕਿ ਕਹਿੰਦੇ ਜਿਹੜਾ ਬੱਚਾ ਸ਼ੁਰੂ ਤੋਂ ਨਿਰੋਗ ਹੁੰਦਾ ਹੈ ਉਹ ਹਮੇਸ਼ਾ ਹੀ ਜਿਹੜਾ ਉਹਦਾ ਗਰੋਥ ਵਧੀਆ ਹੁੰਦੀ ਹੈ। ਸੋ ਇਸ ਕਰਕੇ ਪਨੀਰੀ ਦੇ ਵਿੱਚ ਵੀ ਲਾਜ਼ਮੀ ਸਮਝਿਆ ਮੈਂ ਵੀ ਉਹਦੇ ਵਿੱਚ ਵੀ ਪਾਉਣੀ ਚਾਹੀਦੀ ਹੈ, ਉਹਦੇ ਵਿੱਚ ਇਹ ਪਾਊਡਰ ਜ਼ਰੂਰ ਪਾਉਣਾ ਚਾਹੀਦਾ M45। ਜੇ ਇਹਦਾ ਸਪਰੇਅ ਕਰਿਆ ਜਾਵੇ ਤਾਂ ਜਿਹੜੇ ਬਾ ਕਮਾਲ ਰਿਜ਼ਲਟ ਨੇ ਸਪਰੇਅ ਦੇ ਵੀ M45 ਦੇ। ਸੋ ਇਹ ਜਾਣਕਾਰੀ ਸੀ। ਅੱਜ ਇਹ ਝੋਨਾ ਜਿਹੜਾ ਤੁਸੀਂ ਦੇਖ ਰਹੇ ਹੋ ਇਹ 20 ਦਿਨਾਂ ਦਾ ਆਪਣਾ ਹੋ ਗਿਆ, ਝੋਨਾ ਲੱਗੇ ਨੂੰ 20 ਦਿਨ ਹੋ ਗਏ ਪੂਰੇ, ਔਰ 20 ਦਿਨ ਤੋਂ ਬਾਅਦ ਜਿਹੜਾ ਇਹ ਹੁਣ ਪਹਿਲੀ ਖਾਦ ਜਿਹੜੀ ਇਹਨੂੰ ਪਾ ਰਹੇ ਹਾਂ ਕਿੱਲੇ ਨੂੰ ਤਕਰੀਬਨ। ਹੁਣ ਇਹ ਠੰਡੀ ਜ਼ਮੀਨ ਹੈ, ਪਾਣੀ ਵੀ ਵਧੀਆ, ਇੱਥੋਂ ਠੰਡੇ ਪਾਣੀ ਹੈ, ਮਿੱਠੇ ਪਾਣੀ ਹੈ। 25-25 ਕਿਲੋ ਦੀ ਜਿਹੜੀ ਡੋਜ਼ ਹੈ ਉਹ ਅਸੀਂ ਇਹਨੂੰ ਯੂਰੀਆ ਖਾਦ ਪਾ ਰਹੇ ਹਾਂ, ਔਰ ਨਾਲ ਇਹਨਾਂ ਨੂੰ 1-1 ਆਪਾਂ ਜਿਹੜਾ ਹੈ ਉਹ ਪਾ ਰਹੇ ਹਾਂ ਆਪਾਂ ਜਿਹੜਾ M45, ਔਰ ਇਹਦਾ ਰਿਜ਼ਲਟ ਮੈਂ ਤੁਹਾਨੂੰ ਦਿਖਾਊਂਗਾ 5-6 ਦਿਨ ਹਫ਼ਤੇ ਬਾਅਦ ਤੁਹਾਨੂੰ ਮੈਂ ਇੱਥੇ ਦੁਬਾਰਾ ਵੀਡੀਓ ਸ਼ੇਅਰ ਕਰੂੰਗਾ, ਤੁਸੀਂ ਕਹੋਗੇ ਵੀ ਆਪੇ ਵਾਕਈ ਠੀਕ ਹੈ। ਔਰ ਵੇਖੋ ਮੌਸਮ ਕਿੰਨਾ ਵਧੀਆ ਸੁਹਾਵਣਾ ਹੋ ਚੱਲਿਆ, ਔਰ
बहुत वधिया जिहड़ा मौसम हो चुका देख सकते हो तुसीं, हवा आ गई है पिछे, हुण वेखो भी मीह दा पता नहीं, अज 100% नैट दस रहा है कि मीह आउणा जां नहीं आउणा बाद दी गल है, पर इहो जिहे मौसम दे विच जे आपां खाद वगैरह पाउणे आ तां रिजल्ट जिहड़े आ उह टॉप मिलदे आ। सो इह जानकारी सीगी तुहाडे नाल सांझी करनी, किलो किलो जरूर एम 45 ਬਹੁਤ ਬਹੁਤ ਧੰਨਵਾਦ।